ਜੀ ਵੀ ਆਪਾਂ ਫਸਲ ਲਾਉਣੀ ਹੈ, ਉਸ ਫਸਲ ਨੂੰ ਮੁੱਢ ਨੂੰ ਪਾਣੀ ਨਹੀਂ ਜਾਣਾ ਚਾਹੀਦਾ, ਸਲਾਬ ਜਾਣੀ ਚਾਹੀਦੀ। ਸਲਾਬ ਹੋਊਗੀ, ਧਰਤੀ ਪੋਲੀ ਰਹੂਗੀ, ਪੋਲੀ ਰਹਿਣ ਨਾਲ ਉਹਦੀ ਜੜ ਥੱਲੇ ਨੂੰ ਜਾਊਗੀ। ਜੇ ਆਪਾਂ ਪਾਣੀ ਲਾ ਦਿਆਂਗੇ ਤੇ ਜੜ ਉਹਦੀ ਬਸ ਉੱਥੇ ਥਾਂ ਸੁੱਕ ਜਾਂਦਾ ਤੇ ਉੱਥੇ ਹੀ ਖੜ ਜਾਂਦੀ ਹੈ, ਗਾਂਹ ਵੱਧਦੀ ਨੀ। ਆਹ ਵੇਖੋ ਜੜ ਕਿੱਡੀ ਲੰਮੀ। ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਬਿਨਾਂ ਪਾਣੀ ਤੋਂ ਆਏ ਹੀ ਬਹੁਤ ਤੁਹਾਡੇ ਕੰਮ ਦੀ ਗੱਲ ਹੈ ਵੀ ਜਿਹੜੀ ਆਪਾਂ ਵੱਟ ਤੇ ਲਾਉਣੇ। ਦੇਖੋ ਤੁਸੀਂ ਗੰਢੇ ਲਾਏ ਸੀ, ਆਹ ਵੇਖੋ ਗੰਢੇ ਉਹਦਾ ਵੱਟ ਨਿਕਲੇ ਪਏ ਬਾਈ। ਕਿਸਾਨ ਵੀਰੋ ਲੋ ਵੇਖੋ ਕਿਸਾਨ ਵੀਰੋ, ਮੈਂ ਤੁਹਾਡਾ ਆਪਣਾ ਸਾਹਿਬ ਸੰਧੂ। ਕਿਸਾਨ ਵੀਰੋ ਅੱਜ ਆਪਾਂ ਆਏ ਆ ਪਿੰਡ ਬੀਲੇ ਵਾਲਾ ਤੇ ਜ਼ਿਲ੍ਹਾ ਫਰੀਦਕੋਟ। ਕਿਸਾਨ ਵੀਰੋ ਆਪਣੇ ਨਾਲ ਆ ਕਿਸਾਨ ਭਰਾ ਸ਼ਿੰਦਾ ਸਿੰਘ ਸੰਧੂ। ਇਹਨਾਂ ਦੀ ਆਪਾਂ ਇੱਕ ਵੀਡੀਓ ਪਾਈ ਸੀ ਅੱਜ ਤੋਂ 4 ਕੁ ਮਹੀਨੇ ਪਹਿਲਾਂ। ਇਹ ਕਿਸਾਨ ਭਰਾ ਇੱਕ ਵੱਟ ਤੇ 4 ਫਸਲਾਂ ਦੀ ਖੇਤੀ ਲੈ ਰਹੇ ਆ ਸਬਜ਼ੀਆਂ ਦੀ। ਉਸ ਟਾਈਮ ਤੁਸੀਂ ਉਸ ਵੀਡੀਓ ਨੂੰ ਬਹੁਤ ਲਾਈਕ ਕੀਤਾ, ਬਹੁਤ ਪਸੰਦ ਕੀਤਾ। ਅੱਜ ਆਪਾਂ ਫਿਰ ਇਹਨਾਂ ਦੀ ਇੱਕ ਵੀਡੀਓ ਬਣਾ ਰਹੇ ਹਾਂ। ਇਹ 3 ਫਸਲਾਂ ਤਾਂ ਲੈ ਚੁੱਕੇ ਆ, ਹੁਣ 1 ਫਸਲ ਰਹਿ ਗਈ ਆ ਹਰੀ ਮਿਰਚ ਦੀ। ਕਈ ਕਿਸਾਨ ਭਰਾ ਸੋਚਦੇ ਹੋਣਗੇ ਕਿ ਇੱਕੇ ਵੱਟ ਤੇ 4 ਫਸਲਾਂ ਲੈ ਰਹੇ ਆ ਵੀ ਕਈ ਵਾਰੀ ਫਸਲ ਮਾੜੀ ਰਹਿ ਜਾਂਦੀ ਹੈ। ਕਿਸਾਨ ਵੀਰੋ ਫਸਲ ਬਹੁਤ ਵਧੀਆ ਲੈ ਰਹੇ ਆ, ਜਿਵੇਂ ਹੁਣ ਲਸਣ ਦੀ ਪਟਾਈ ਹੁਣੇ ਕਰ ਚੁੱਕੇ ਆ। ਜਿਹੜਾ ਲਸਣ ਆ, ਲਸਣ ਬਹੁਤ ਮੋਟਾ ਹੈ, ਜਿਵੇਂ ਆਮ ਆਪਾਂ ਕਿਸਾਨ ਭਰਾ ਕੇ ਆਪਣੇ ਪੰਜਾਬ ਦੇ ਵਿੱਚ ਬਹੁਤ ਲਸਣ ਦੀ ਖੇਤੀ ਹੁੰਦੀ ਆ। ਜਿਹੜਾ ਲਸਣ ਆ, ਲਸਣ ਜਿਹੜੀ ਗੰਢੀ ਪਤਲੀ ਹੁੰਦੀ ਆ, ਪਰ ਜਿਹੜੀ ਇਹਨਾਂ ਨੇ ਲਸਣ ਲਾਈ ਹੈ, ਲਸਣ ਦੀ ਗੰਢੀ ਬਹੁਤ ਸੋਹਣੀ ਤੇ ਬਹੁਤ ਮੋਟੀ ਆ। ਬਾਕੀ ਕਿਸਾਨ ਭਰਾ ਆਪਣੇ ਨਾਲ ਆਪਾਂ ਕਰਦੇ ਆ ਉਹਨਾਂ ਨਾਲ ਗੱਲਬਾਤ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਜੀ ਠੀਕ ਠਾਕ ਜੀ? ਵਧੀਆ ਜੀ, ਵਧੀਆ ਜੀ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਆਪਣੇ ਕੀਮਤੀ ਸਮੇਂ ਚੋਂ ਸਾਨੂੰ ਸਮਾਂ ਦਿੱਤਾ ਜੀ। ਸਭ ਤੋਂ ਪਹਿਲਾਂ ਸਾਹਿਬ ਸੰਧੂ ਦਾ ਸਾਡੇ ਖੇਤ ਦੇ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਸਾਡੇ ਨਾਲ ਵਚਨ ਕੀਤਾ ਵੀ 4 ਫਸਲਾਂ ਕਿਵੇਂ ਹੁੰਦੀਆਂ, ਵੀ ਫਸਲਾਂ ਦੇ ਕਮਜ਼ੋਰ ਹੋ ਜਾਂਦੀ। ਇੱਕ ਪਹਿਲਾਂ ਮੂਲੀ ਲਾਈ ਸੀ ਅਸੀਂ, ਮੂਲੀ ਦੇ ਨਾਲ ਮਟਰ ਲਾਇਆ ਸੀ, ਉੱਤੇ ਲਸਣ ਲਾਇਆ ਤੇ ਸਾਈਡ ਤੇ ਮਿਰਚ ਹੈ, ਠੀਕ ਹੈ। ਮਟਰ ਅਸੀਂ ਪੱਟ ਕੇ ਬਾਹਰ ਰੱਖਤਾ, ਉਹਦਾ 25 ਕੁਇੰਟਲ ਸਾਨੂੰ ਕਿੱਲੇ ਦੀ ਔਸਤ ਆਈ ਹੈ ਮਟਰ ਦੀ। ਹੁਣ ਅਸੀਂ ਮੂਲੀ ਵੀ ਪੱਟ ਲਈ ਹੈ ਟਾਈਮ ਦੇ ਹਿਸਾਬ ਨਾਲ, ਜਿਵੇਂ ਜਿਵੇਂ ਟਾਈਮ ਸੀ ਉਵੇਂ ਉਵੇਂ ਮੂਲੀ ਪੱਟ ਲਈ। ਹੁਣ ਅਸੀਂ ਲਸਣ ਦੀ ਪਟਾਈ ਕਰਦੇ ਹਾਂ। ਲਸਣ ਵੇਖੋ ਤੁਸੀਂ ਕਿੱਡਾ ਮੋਟਾ ਦੇਸੀ ਲਸਣ ਹੈ, ਚਿੱਟਾ ਲਸਣ ਆ ਇਹ, ਤੁਸੀਂ ਦੇਖ ਸਕਦੇ ਹੋ। ਜਿਵੇਂ ਆਪਾਂ ਆਮ ਕਈ ਲਸਣ ਲੈਂਦੇ ਹਾਂ, ਉਹ ਜਿਹੜੀ ਹੈ ਨਾ ਗੰਢੀ ਅੱਧੀ ਹੁੰਦੀ ਹੈ। ਇਹ ਲਸਣ ਦੀ ਜਿਹੜੀ ਵਰਾਇਟੀ ਵੀ ਦੇਸੀ ਹੈ, ਜਿਵੇਂ ਕਈ ਵਰਾਇਟੀਆਂ ਆਉਂਦੀਆਂ ਵੀ ਵੈਸੇ ਮੋਟੀਆਂ ਨੇ, ਪਰ ਇਹ ਜਿਹੜੀ ਵਰਾਇਟੀ ਨਾ ਦੇਸੀ ਹੈ। ਤੇ ਇਹ ਜਿਹੜਾ ਮੋਟਾ ਹੋਣ ਦਾ ਬਾਈ ਜੀ ਕਾਰਨ ਇਹਦਾ ਦੱਸੋ ਜੀ। ਕਾਰਨ ਇਹਦਾ ਇਹ ਹੈ ਵੀ ਕੋਈ ਵੀ ਆਪਾਂ ਫਸਲ ਲਾਉਣੇ ਆ, ਉਸ ਫਸਲ ਨੂੰ ਮੁੱਢ ਨੂੰ ਪਾਣੀ ਨਹੀਂ ਜਾਣਾ ਚਾਹੀਦਾ, ਠੀਕ ਹੈ ਜੀ। ਸਲਾਬ ਜਾਣੀ ਚਾਹੀਦੀ, ਸਲਾਬ ਹੋਊਗੀ ਧਰਤੀ ਪੋਲੀ ਰਹੂਗੀ, ਪੋਲੀ ਰਹਿਣ ਨਾਲ ਉਹਦੀ ਜੜ ਥੱਲੇ ਨੂੰ ਜਾਊਗੀ। ਜੇ ਆਪਾਂ ਪਾਣੀ ਲਾ ਦਿਆਂਗੇ ਤੇ ਜੜ ਉਹਦੀ ਬਸ ਉੱਥੇ ਥਾਂ ਸੁੱਕ ਜਾਂਦਾ ਤੇ ਉੱਥੇ ਹੀ ਖੜ ਜਾਂਦੀ ਹੈ, ਗਾਂਹ ਵੱਧਦੀ ਨੀ। ਆਹ ਵੇਖੋ ਜੜ ਕਿੱਡੀ ਲੰਮੀ। ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਬਿਨਾਂ ਪਾਣੀ ਤੋਂ ਆਏ ਹੀ। ਬਹੁਤ ਤੁਹਾਡੇ ਕੰਮ ਦੀ ਗੱਲ ਹੈ ਵੀ ਜਿਹੜੀ ਆਪਾਂ ਵੱਟ ਤੇ ਲਾਉਣੇ, ਜਾਨੀ ਉਹ ਫਸਲ ਕੋਈ ਵੀ ਲਾਈਏ, ਕੋਈ ਵੀ ਲਾਈਏ, ਠੀਕ ਹੈ, ਉਹ ਕਾਮਯਾਬ ਹੈ। ਆਹ ਦੇਖੋ ਤੁਸੀਂ ਗੰਢੇ ਲਾਏ ਸੀ, ਆਹ ਵੇਖੋ ਗੰਢੇ ਉਹਦਾ ਵੱਟ ਨਿਕਲੇ ਪਏ ਬਾਈ। ਕਿਸਾਨ ਵੀਰੋ ਲੋ ਵੇਖੋ, ਗੰਢੇ ਲਾਏ ਸੀ, ਗੰਢੇ ਵੀ ਵੇਖੋ। ਮੈਂ ਨਾ ਯਾਰ ਇਹ ਤਾਂ 200 ਗ੍ਰਾਮ ਦਾ ਆਰਾਮ ਨਾਲ 250 ਗ੍ਰਾਮ ਨਹੀਂ, ਜ਼ਿਆਦਾ ਹੋਊਗਾ ਇਹ ਤਾਂ। ਹਾਂ, 1/2 ਕਿਲੋ ਤੋਂ 1.25 ਕਿਲੋ ਤੋਂ ਕੋਈ ਗੰਢਾ ਘੱਟ ਨਹੀਂ, ਦੇਖੋ ਜੀ, ਠੀਕ ਹੈ।
ਤੇ ਆਪਾਂ ਆਖ ਦਿੰਦੇ ਆ ਵੀ ਇੱਕ ਵੱਟ ਤੇ ਚਾਰ ਫਸਲਾਂ ਕਿਵੇਂ ਹੋਣਗੀਆਂ? ਇਹਦਾ ਬਾਈ ਜੀ ਪੰਜ ਫਸਲਾਂ ਹੀ ਹੋਣਗੀਆਂ ਸਾਨੂੰ, ਜਿੱਥੇ ਲਸਣ ਲਾਏ ਉੱਥੇ ਭਗਣ ਉੱਥੇ। ਹਾਂ, ਦੋ ਤਿੰਨ ਵੱਟਾਂ ਸੀ, ਚਾਰ ਛੱਡ ਲਈਆਂ ਸੀ, ਉੱਥੇ ਗੰਢਾ ਲਾਇਆ ਘਰ ਵਾਸਤੇ। ਹਾਂਜੀ ਹਾਂਜੀ। ਬਾਕੀ ਤੁਸੀਂ ਮਿਰਚ ਵੇਖ ਲਓ। ਠੀਕ ਹੈ ਜੀ। ਮਿਰਚ ਦੀ ਹੁਣ ਤੜਾਈ ਕਰੀ ਜਾਂਦੇ ਆ ਅਸੀਂ। ਠੀਕ ਹੈ ਜੀ। 10 ਕੁਇੰਟਲ ਮਿਰਚ ਹੁਣ ਕਿੱਲੇ ਦੀ ਤੋੜੀ ਜਾਂਦੇ ਆ। ਠੀਕ ਹੈ ਜੀ। ਜੋ ਮੰਡੀਕਾਰ ਦਾ ਰੇਟ ਆ ਉਹ ਵੱਖਰੀ ਗੱਲ ਆ। ਜਾਨੇ ਜਿਵੇਂ ਆਪਾਂ ਜੀ ਚਾਰ ਫਸਲਾਂ ਲਾਈਆਂ ਵੀ, ਮਿਰਚ ਵੀ ਤੁਸੀਂ ਕਿਸਾਨ ਵੀਰ ਦੇਖ ਲਓ ਵਧੀਆ ਖੜੇ ਬੂਟੇ। ਹਾਂ, ਹੁਣ ਚੋਣੀ ਪਹਿਲੀ ਤੋੜੀ ਜਾਂਦੇ ਆ ਅਸੀਂ ਇਹਦੀ। ਹਾਂਜੀ। 10 ਕੁਇੰਟਲ ਦੀ ਔਸਤ ਹੁਣ ਮਿਰਚ ਵੱਧ ਨਿਕਲਦੀ ਆ, ਪਰ ਤੁਹਾਨੂੰ 10 ਆਣੇ ਆ ਅਸੀਂ। ਠੀਕ ਹੈ ਜੀ। ਤੇ ਜਿਹੜਾ ਸਾਡਾ ਲਸਣ ਹੈ। ਹਾਂਜੀ ਹਾਂਜੀ। ਲਸਣ 8 ਤੋਂ ਲੈ ਕੇ 10 ਕੁਇੰਟਲ ਤੀਕਰ ਲਸਣ ਕਿੱਲੇ ਦਾ ਨਿਕਲੂਗਾ। ਠੀਕ ਹੈ ਜੀ। ਨਹੀਂ ਨਹੀਂ, ਬਹੁਤ ਵਧੀਆ ਗੱਲ ਹੈ, ਘੱਟੋ ਘੱਟ। ਬਾਕੀ ਤੁਹਾਡੀ ਜੀ ਜਿਹੜੀ ਸਾਂਭ ਸੰਭਾਲ ਵੀ ਬਹੁਤ ਹੈ। ਇਹ ਤਾਂ ਹੁਣ ਇਉਂ ਆ ਵੀ ਜੇ ਖੇਤ ਦੇ ਵਿੱਚ, ਬਾਕੀ ਮੇਰਾ ਬੇਟਾ ਹੈ। ਹਾਂਜੀ ਹਾਂਜੀ। ਉਹ ਤਾਂ ਮੇਰੇ ਹਿਸਾਬ ਚ ਘਰੇ ਘੱਟ ਰਹਿੰਦਾ, ਖੇਤ ਬਾਹਲਾ ਰਹਿੰਦਾ। ਠੀਕ ਹੈ। ਨਹੀਂ ਬਹੁਤ ਵਧੀਆ ਗੱਲ ਹੈ, ਮਿਹਨਤ ਦਾ ਤਾਂ ਮੁੱਲ ਹੀ ਫਿਰ ਮਿਲਣਾ ਹੀ ਹੈ। ਤੇ ਬਾਕੀ ਇੱਥੇ ਇਉਂ ਆ ਵੀ ਜੇ ਫਸਲ ਲਾਈ ਆ ਤਾਂ ਭੈਣ ਭਰਾਵਾਂ ਨੂੰ ਰੁਜ਼ਗਾਰ ਮਿਲਿਆ। ਨਹੀਂ ਨਹੀਂ, ਅੱਜ ਘੱਟੋ ਘੱਟ ਵੀ ਆਪਣੇ 15 ਬੰਦੇ ਕੰਮ ਕਰਦੇ। ਹਾਂਜੀ ਹਾਂਜੀ। ਲੇਬਰ ਲੇਬਰ ਲੱਗੀ ਪਈ ਆ, ਬਾਕੀ ਘਰੇ ਲਸਣ ਆ ਜਿਹੜੀ ਉਹ ਗੁੱਟੀਆਂ ਬੰਨੀ ਜਾਂਦੇ ਆ। ਹਾਂਜੀ ਹਾਂਜੀ ਹਾਂਜੀ। ਠੀਕ ਹੈ, ਕੁਛ ਪੱਟੀ ਜਾਂਦੇ ਆ ਲਸਣ। ਹਾਂਜੀ ਹਾਂਜੀ ਹਾਂਜੀ। ਜਿਵੇਂ ਠੰਡ ਦੇ ਵਿੱਚ ਜੀ ਕਈ ਵਾਰੀ ਲੇਬਰ ਨੂੰ ਕੰਮ ਨਹੀਂ ਮਿਲਦਾ, ਨਰੇਗਾ ਦਾ ਵੀ ਕੰਮ ਖੜ ਜਾਂਦਾ। ਹਾਂ, ਉਹਨਾਂ ਦਾ ਵਧੀਆ ਉਹਦਾ ਇਹ ਗਰੀਬਾਂ ਦਾ ਬਹੁਤ ਇਹਦੇ ਵਿੱਚ ਸੰਯੋਗ, ਸਾਨੂੰ ਵੀ ਸੰਯੋਗ ਹੈ। ਹਾਂਜੀ ਹਾਂਜੀ। ਤੇ ਸਾਡਾ ਵੀ ਉਹਨਾਂ ਨੂੰ ਸੰਯੋਗ ਹੈ। ਠੀਕ ਹੈ ਜੀ। ਜੇ ਬਾਈ ਜੀ ਆਪਾਂ ਗੱਲ ਕਰੀਏ, ਮੰਨ ਲਓ ਤੁਸੀਂ ਜਿਹੜੀਆਂ ਚਾਰ ਫਸਲਾਂ ਲੈ ਰਹੇ ਹੋ, ਤੁਹਾਡੇ ਦਿਮਾਗ 'ਚ ਕਿਵੇਂ ਆਇਆ ਬਈ ਆਪਾਂ ਚਾਰ ਫਸਲਾਂ ਲਾਉਣੀਆਂ ਇੱਕੇ ਵੱਟ ਤੇ? ਇਹ ਵੱਟ ਚੌੜੀ ਸੀ। ਠੀਕ ਹੈ ਜੀ। ਵੱਟ ਚੌੜੀ ਕਰਕੇ ਵੀ ਆਪਾਂ ਆਖਿਆ ਵੀ ਇੱਕ ਜਿਹੜੀ ਲਸਣ ਹੁੰਦੀ ਹੈ। ਹਾਂਜੀ ਹਾਂਜੀ। ਲਸਣ ਨਾ ਇਹਨੂੰ ਜਿਹੜੀ ਕੋਈ ਸੁੰਡੀ ਆ ਜਾਂ ਇਹਦੀ ਖੁਸ਼ਬੋਈ ਇਹੋ ਜਿਹੀ ਹੁੰਦੀ ਹੈ ਵੀ ਉਹਦੇ ਨਾਲ ਘੱਟ ਪੈਂਦੀ ਆ ਇਹਨੂੰ, ਮਿਰਚ ਨੂੰ। ਮਿਰਚ ਨੂੰ। ਠੀਕ ਹੈ ਜੀ। ਕਿਸੇ ਹਾਂ ਕਿਸੇ ਵੀ ਚੀਜ਼ ਨੂੰ ਪੂਰਾ ਕਰਦੀ ਜਾਂਦੀ ਆ। ਤੁਸੀਂ ਲਸਣ ਨੂੰ ਦੇਖ ਲਓ ਜੇ ਕਿਤੇ ਕੋਈ ਵੀ ਨਾ ਤੀਲਾ, ਹਾਂਜੀ ਹਾਂਜੀ, ਨਾ ਇਹਨੂੰ ਸੁੰਡੀ ਕਿਤੇ ਲਸਣ ਨੂੰ ਪਈ ਆ, ਅੱਜ ਤੱਕ ਕਰ ਨਹੀਂ ਪਈ। ਇਹਦਾ ਫਾਇਦਾ ਆਉਣਾ ਨਾਲੇ ਜਿਵੇਂ ਉਹਨੂੰ ਹੁੰਦੇ ਆ, ਸਾਨੂੰ ਦੋ ਫਸਲਾਂ ਹੋ ਗਈਆਂ ਨਾਲੇ ਸਾਨੂੰ ਫਾਇਦਾ ਆ ਗਿਆ। ਤੇ ਜਿਹੜੇ ਮਟਰ ਆ ਸਾਡੇ, ਮਟਰ ਦਾ ਤੁਹਾਨੂੰ ਦੱਸਿਆ ਮੰਡੀ ਕਾਰਨ ਵੀ ਅੱਜ ਕੀ ਬਹੁਤ ਵਧੀਆ ਸੀ। ਠੀਕ ਹੈ। ਰੇਟ ਵੀ ਵਧੀਆ, ਬਹੁਤ ਵਧੀਆ ਰੇਟ। ਠੀਕ ਹੈ ਜੀ। 30 ਰੁਪਏ ਸਾਨੂੰ ਔਸਤ ਪਈ ਹੈ ਮਟਰ ਦੀ। ਹਾਂਜੀ ਹਾਂਜੀ। ਤੇ ਬਾਕੀ ਜੇ ਆਪਾਂ ਮਿਹਨਤ ਕਰਾਂਗੇ ਤਾਂ ਸਾਰਾ ਕੁਛ। ਹਾਂਜੀ। ਇਹ ਬਾਈ ਜੀ ਜਿਵੇਂ ਤੁਸੀਂ ਮੰਨ ਲਓ ਚਾਰ ਫਸਲ ਲੈ ਰਹੇ ਹੋ, ਤੁਹਾਡੇ ਦਿਮਾਗ ਚ ਕਿਵੇਂ ਆਇਆ ਵੀ ਕਦੋਂ ਕਦੋਂ ਲੈ ਰਹੇ ਹੋ ਤੁਸੀਂ? ਪਹਿਲੇ ਸਾਲ ਥੋੜਾ ਵਾਹਣ ਆਪਾਂ ਲਾ ਕੇ ਦੇਖਿਆ ਹੋਣਾ। ਪਹਿਲਾ ਸਾਲ ਅਸੀਂ 1 ਕਿੱਲਾ ਲਾਇਆ। ਠੀਕ ਹੈ ਜੀ। ਫਿਰ 2 ਲਾਏ। ਠੀਕ ਹੈ ਜੀ। ਫਿਰ 3 ਲਾਏ। ਠੀਕ ਹੈ ਜੀ। ਐਤਕੀ ਸਾਡੇ 5 ਕਿੱਲੇ ਮਿਰਚ ਆ। 5 ਦੇ 5 ਸਾਰੇ, ਯਾਨੀ 4 ਹੀ ਲਾਇਆ, 4 ਹੀ ਆ। ਠੀਕ ਹੈ ਜੀ। ਉਧਰ ਸਾਡੀ ਪਟਾਈ ਕਰਨ ਵਾਲੀ ਆ ਜੀ। ਠੀਕ ਹੈ ਜੀ। ਉਧਰ ਹੁਣ ਇਧਰੋਂ ਪੱਟ ਕੇ ਉਧਰ ਜਾਵਾਂਗੇ। ਠੀਕ ਹੈ ਜੀ। ਵੀ ਲੇਬਰ ਇਹ ਮਿਰਚਾਂ ਤੋੜੀ ਜਾਣਗੇ, ਅਸੀਂ ਆਪਦਾ ਕੰਮ ਕਰੀ ਜਾਵਾਂਗੇ। ਠੀਕ ਹੈ ਜੀ। ਨਹੀਂ ਨਹੀਂ, ਬਹੁਤ ਵਧੀਆ ਗੱਲ ਹੈ। ਬਾਕੀ ਬਾਈ ਜੀ ਜਿਹੜੀ ਖੇਤੀ ਆ ਸਬਜ਼ੀ ਦੀ, ਇਹ ਚ ਮਿਹਨਤ ਜ਼ਰੂਰ ਹੈ, ਕਮਾਈ ਬਹੁਤ। ਕੋਈ ਵੀ ਕਿਸਾਨ ਭਰਾ ਸਬਜ਼ੀ ਦੀਆਂ ਖੇਤੀਆਂ, ਚਲੋ ਆਪਣੇ ਬਹੁਤ ਕਿਸਾਨ ਕਰਦੇ ਆ, ਜਿਹੜਾ ਤਾਂ ਬਈ ਵਧੀਆ ਮਿਹਨਤ ਕਰਦਾ ਤਾਂ ਕਮਾਈ ਵੀ ਵਧੀਆ ਕਰਦਾ। ਬਾਕੀ ਕਿਸਾਨ ਵੀਰੋ, ਇਹ ਬਾਈ ਜੀ ਦਾ ਬੇਟਾ ਹੈ, ਇਹ ਦੋਵੇਂ ਤੇ ਨਾਲ ਇਹਨਾਂ ਦੀ ਲੇਬਰ ਹੁੰਦੀ ਹੈ, ਸੁਬਹਾ ਆ ਜਾਂਦੇ ਆ ਤੇ ਸ਼ਾਮ ਨੂੰ ਜਾਂਦੇ ਆ, ਮਿਹਨਤ ਬਹੁਤ ਕਰਦੇ, ਫਿਰ ਮਿਹਨਤ ਦਾ ਮੁੱਲ ਤਾਂ ਜੀ ਮਿਲਣਾ ਹੀ ਆ। ਬਾਕੀ ਤੁਹਾਡਾ ਜੀ ਵਿਚਾਰ, ਜਿਵੇਂ ਕਈ ਕਿਸਾਨ ਭਰਾ ਇਕੱਲੇ ਕਣਕ ਝੋਨਾ ਹੀ ਕਰਦੇ ਆ, ਬਈ ਜੇ ਉਹ ਸਬਜ਼ੀ ਵਾਲੇ ਪਾਸੇ ਆਉਣ ਤਾਂ ਆਉਣਾ ਚਾਹੁਣ ਤਾਂ ਵੀ ਉਹਨਾਂ, ਅਸੀਂ ਤਾਂ ਆ ਵੀ ਆਪਾਂ ਇਹ ਨਹੀਂ ਵੀ ਹੁਣ ਦੋਵਾਂ ਫਸਲਾਂ ਤੇ ਰਹੋ। ਹਾਂਜੀ ਹਾਂਜੀ। ਜੇ ਹਿਸਾਬ ਨਾਲ ਆਪਾਂ ਨੂੰ ਹੁਣ ਮੰਡੀਕਰਨ ਚੰਗਾ। ਹਾਂਜੀ ਹਾਂਜੀ। ਠੀਕ ਹੈ। ਮਿਹਨਤ ਆਪਾਂ ਨੂੰ ਲੇਬਰ ਮਿਲਦੀ ਹੈ ਤੇ ਆਪਾਂ ਨੂੰ ਜਿੱਥੇ ਜ਼ਿਆਦਾ ਮੁਨਾਫਾ ਉੱਥੇ ਉਹ ਚੀਜ਼ ਬੀਜੋ। ਹਾਂਜੀ ਹਾਂਜੀ। ਜਿੱਥੇ ਜ਼ਿਆਦਾ ਹੈ ਕੋਈ ਵੀ ਚੀਜ਼ ਬੀਜ ਲਓ, ਇਹ ਨਹੀਂ ਗੱਲ ਵੀ ਅਸੀਂ ਆਨੇ ਆਹ ਚੀਜ਼ ਬੀਜੋ, ਆਪਦੀ ਮਰਜ਼ੀ ਨਾਲ ਜੋ ਮਰਜ਼ੀ ਬੀਜੋ, ਪਰ ਸਬਜ਼ੀ ਕਰੋ। ਹਾਂਜੀ ਹਾਂਜੀ।
ਸਬਜ਼ੀ ਚ ਆਪਾਂ ਨੂੰ ਫਾਇਦਾ ਹੈ, ਬਹੁਤ ਵੈਰਾਈਟੀਆਂ ਦੀ ਸਬਜ਼ੀ ਦੇ ਵਿੱਚ। ਹਾਂ ਹੁਣ ਪਹਿਲੀ ਤਰ੍ਹਾਂ ਇਹਨੂੰ ਆਖਿਆ ਕਰਦੇ ਆ, ਹਜੇ ਇਹ ਘੱਟੋ ਘੱਟ 5 ਮਹੀਨੇ ਮਿਰਚ ਚੱਲਣੀ ਹੈ, 15 ਦਿਨਾਂ ਤੋਂ ਤੜਾਈ ਹੁੰਦੀ ਹੈ ਜੀ। 15 ਦਿਨਾਂ ਤੋਂ ਹੁੰਦੀ ਹੈ, 15 ਦਿਨਾਂ ਤੋਂ ਤੜਾਈ, ਯਾਨੀ ਕਿ ਕੰਮ ਵੀ ਬਹੁਤ ਵਧੀਆ ਤੇ ਮਿਹਨਤ ਵੀ ਬਹੁਤ ਹੈ। ਜੇ ਮਿਹਨਤ ਕਰਨੀ ਹੈ ਤੇ ਜੇ ਐਵੇਂ ਵਿੱਚ ਕੱਖ ਖੜਾ ਰਿਹਾ ਤੇ ਫਿਰ ਐਵੇਂ ਆਪਾਂ ਨਾ ਕਿਸੇ ਨੂੰ ਝੇਡਾ ਨਾ ਵੇਖੋ। ਓਹੋ ਜੀ ਫਿਰ ਆਪਣੀ ਖੇਤੀ ਹੋਣੀ ਜਦੋਂ ਵਿੱਚ ਆਪਣੇ ਨਦੀ ਨਦੀ ਨਹੀਂ ਉਵੇਂ ਖੜੇ ਰਹੇ। ਹਾਂ ਵੇਖੋ ਸਾਫ ਆ, ਜਮਾ ਗਡਾਈ ਕੀਤੀ ਹੈ, ਸਾਰਾ ਕੁਝ ਵਧੀਆ। ਇੱਕ ਬੂਟਾ ਵੀ ਨਹੀਂ ਕਿਸਾਨ ਵੀਰ, ਐ ਤਲੀ ਵਰਗਾ ਪਿਆ ਵਾ ਤੇ ਇਕੱਲੇ ਮਿਰਚ ਦੇ ਬੂਟੇ ਦਿਸਦੇ ਆ। ਬਾਕੀ ਕਿਸਾਨ ਵੀਰੋ ਤੁਸੀਂ ਵੀ ਦੱਸੋ ਕਮੈਂਟ ਦੇ ਵਿੱਚ ਤੁਹਾਡਾ ਕੀ ਵਿਚਾਰ ਹੈ ਇਸ ਕਿਸਾਨ ਭਰਾ ਬਾਰੇ ਜਿਹੜੇ ਇੰਨੀ ਵਧੀਆ ਸ਼ੌਂਕ ਨਾਲ ਖੇਤੀ ਕਰਦੇ ਆ। ਬਾਈ ਜੀ ਜਿਹੜੀ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀ, 4 ਮਹੀਨੇ ਹੋ ਗਏ, ਉਸ ਵੀਡੀਓ ਦੇ ਵਿੱਚ ਕਿਸਾਨ ਭਰਾਵਾਂ ਦੇ 3-4 ਕਮੈਂਟ ਆਏ, ਉਹ ਤੁਹਾਡਾ ਨਾ ਨੰਬਰ ਮੰਗ ਰਹੇ ਸੀਗੇ। ਵੈਸੇ ਮੈਂ ਉਹਨਾਂ ਨੂੰ ਦੇਤਾ ਸੀਗਾ ਨੰਬਰ। ਜੇਕਰ ਕੋਈ ਵੀ ਕਿਸਾਨ ਭਰਾ ਆਪਣੀ ਵੀਡੀਓ ਦੇਖਦਾ, ਵੀਡੀਓ ਬਹੁਤ ਦੂਰ ਤੱਕ ਜਾਣੀ ਹੈ, ਜੇ ਤੁਹਾਡੇ ਵਾਂਗੂ ਖੇਤੀ ਕਰਨੀ ਚਾਹੁੰਦਾ ਤਾਂ ਤੁਸੀਂ ਉਹਨਾਂ ਨੂੰ ਜਾਣਕਾਰੀ ਦਿਓਗੇ ਜੀ ਕੰਟੈਕਟ ਨੰਬਰ ਜੀ? ਹਾਂਜੀ, ਜੇ ਕੋਈ 4 ਫਸਲਾਂ ਵੱਟ ਤੇ ਜਾਂ ਹੋਰ ਕੋਈ ਚੀਜ਼ ਵਰਾਇਟੀ ਕਰਨੀ ਚਾਹੁੰਦਾ ਸਾਡੇ ਨਾਲ ਸੰਪਰਕ ਕਰਨਾ ਹੋਵੇ, ਸਾਡਾ ਨੰਬਰ ਹੈ 84-270-15-364। ਠੀਕ ਹੈ, ਜਦੋਂ ਮਰਜ਼ੀ ਕਾਲ ਕਰੋ, ਸਹੀ ਰਾਏ ਦੇਵਾਂਗੇ। ਸਾਨੂੰ ਵੀ ਗਾਂ ਕਿਸੇ ਨੇ ਰਾਏ ਦਿੱਤੀ ਹੈ ਤੇ ਉਹਨਾਂ ਦੀ ਰਾਏ ਦੇ ਨਾਲ ਹੀ ਅਸੀਂ ਸਾਰਾ ਚਲਾ ਰਹੇ ਹਾਂ। ਠੀਕ ਹੈ, ਜੇ ਸਾਥੋਂ ਕੋਈ ਰਾਏ ਲਊਗਾ ਤਾਂ ਅਸੀਂ ਬਿਲਕੁਲ ਸਹੀ ਰਾਏ ਦੇਵਾਂਗੇ। ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰਨ, 84-270-15-364 ਇਹ ਸਾਡਾ ਨੰਬਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਠੀਕ ਹੈ ਕਿਸਾਨ ਵੀਰੋ, ਸਤਿ ਸ਼੍ਰੀ ਅਕਾਲ ਜੀ। ਜੇ ਕੁਛ ਵੀ ਤੁਸੀਂ ਪੁੱਛਣਾ ਤਾਂ ਬਾਈ ਜੀ ਨੇ ਆਪਣਾ ਨੰਬਰ ਦੱਸਤਾ, ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ, ਕੋਈ ਜਾਣਕਾਰੀ ਲੈਣੀ ਹੈ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।